ਆ ਫੇਸ਼ੀਅਲ ਕਿੱਟ ਆ ਗਈ ਅਰੋਮਾ ਦੀ। ਹਾਂਜੀ ਠੀਕ ਹੈ ਜੀ, ਅਰੋਮਾ ਦਾ ਫੇਸ਼ੀਅਲ ਹੈ, ਐਮ ਆਰ ਪੀ ਚੈੱਕ ਕਰ ਸਕਦੇ ਹੋ, 530 ਰੁਪਏ ਐਮ ਆਰ ਪੀ ਹੈ, 2 ਐਕਸਪਾਇਰ 2025। ਠੀਕ ਹੈ ਜੀ, ਪੈਣੀ ਕਿੰਨੇ ਦੀ? 50 ਰੁਪਏ ਦੀ। ਓਕੇ ਸਰ, ਸਿਰਫ 50 ਰੁਪਏ ਦਾ ਫੇਸ਼ੀਅਲ। ਜੇ ਤੁਸੀਂ ਬੰਦ ਗੱਤਾ ਲਓਗੇ ਨਾ, ਹਾਂਜੀ, ਤੁਹਾਨੂੰ 45 ਰੁਪਏ ਲਾ ਦਾਂਗਾ। ਓਕੇ ਬਿਲਕੁਲ ਸਰ, ਮੈਂ ਦੇਖੋ ਜਿਹੜੀ ਵੈਸਲੀਨ ਹੈ ਤੁਹਾਨੂੰ ਸਿਰਫ 2 ਰੁਪਏ ਦੀ ਪੈਣੀ। ਓਕੇ ਜੀ, 2 ਰੁਪਏ ਦੀ ਲੈ ਕੇ ਤੁਸੀਂ 10 ਰੁਪਏ ਸੇਲ ਕਰ ਦਿਓ। ਜਿਹੜੀ ਵੱਡੀ ਹੈ, ਵੱਡੀ ਤੁਹਾਨੂੰ ਪੈਣੀ 4 ਰੁਪਏ ਦੀ। ਠੀਕ ਹੈ ਜੀ, ਤੁਸੀਂ 10 ਸੇਲ ਕਰੋ, 15 ਕਰੋ, ਤੁਹਾਡੀ ਦੁਕਾਨਦਾਰੀ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਆ ਜਾਓ, ਸੰਦੂਰ ਆ ਗਿਆ। ਹਾਂਜੀ, ਤੁਹਾਨੂੰ ਮੈਂ ਕਾਮਨ ਚੀਜ਼ਾਂ ਦਿਖਾਵਾਂਗਾ ਜਿਹੜੀਆਂ 12 ਮਹੀਨੇ 30 ਦਿਨ ਵਾਲੀਆਂ ਚੀਜ਼ਾਂ ਨੇ। ਹਾਂਜੀ, ਇਹ ਸੰਦੂਰ ਹੈ, ਸੰਦੂਰ ਤੁਹਾਨੂੰ ਪੈਣਾ ਸਿਰਫ 2 ਰੁਪਏ ਦਾ। ਕਿੰਨੇ ਦਾ ਪੈਣਾ? ਸਿਰਫ 2 ਰੁਪਏ ਦਾ। ਸਿਰਫ 2 ਰੁਪਏ ਦਾ, ਤੁਸੀਂ 10 ਰੁਪਏ ਸੇਲ ਕਰ ਦਿਓ। ਠੀਕ, ਹਾਂਜੀ, ਤੁਹਾਨੂੰ ਮੈਂ ਕਾਮਨ ਚੀਜ਼ਾਂ ਦਿਖਾਵਾਂਗਾ ਜਿਹੜੀਆਂ 12 ਮਹੀਨੇ 30 ਦਿਨ ਵਾਲੀਆਂ ਚੀਜ਼ਾਂ ਨੇ। ਉਹ ਹੈ ਫਾਊਂਡੇਸ਼ਨ ਆ ਗਈ। ਹਾਂਜੀ, ਠੀਕ ਹੈ ਜੀ, ਸਿਰਫ 20 ਰੁਪਏ ਦੀ ਫਾਊਂਡੇਸ਼ਨ ਹੈ, ਔਰ ਕੰਪਨੀ ਦੀ ਹੋਏਗੀ, ਚੈੱਕ ਕਰੋ। 7 ਰੁਪਏ ਦੀ, ਹਾਂ 7 ਸੀਜ਼ ਕੰਪਨੀ ਦੀ। ਹਾਂਜੀ, ਸਿਰਫ 20 ਰੁਪਏ ਦੀ ਫਾਊਂਡੇਸ਼ਨ ਵਿਦਆਊਟ, ਚਾਹੇ ਮੇਰੇ ਕੋਲ 2 ਰੁਪਏ ਦੀ ਚੀਜ਼ ਲੈ ਲਓ, ਹਾਂਜੀ, ਚਾਹੇ 10 ਰੁਪਏ ਦੀ ਲੈ ਲਓ, ਤੁਹਾਨੂੰ ਵਿਦਆਊਟ ਕੰਪਨੀ ਕੋਈ ਚੀਜ਼ ਨਹੀਂ ਦਵਾਂਗਾ। ਠੀਕ ਹੈ, ਇਹ ਦੇਖੋ, ਇਹ ਫੇਸ ਵਾਸ਼ ਆ ਗਿਆ, VLCC ਕੋਂਬੋ ਪੈਕਿੰਗ ਹੈ। ਹਾਂਜੀ, ਠੀਕ ਹੈ ਜੀ, ਪਰ ਪੀਸ ਦੇ ਉੱਤੇ ਐਮ ਆਰ ਪੀ ਹੈਗੀ ਹੈ 245। ਓਕੇ, ਠੀਕ ਹੈ ਜੀ, 245 ਰੁਪਏ ਐਮ ਆਰ ਪੀ ਪਰ ਪੀਸ ਤੇ ਹੈ। ਇਹ ਕੋਂਬੋ ਪੈਕਿੰਗ ਹੈ, ਕੱਲੇ ਕੱਲੇ ਤੇ ਲਿਖਿਆ ਕੁਛ ਨਹੀਂ। ਠੀਕ ਹੈ ਜੀ, ਮੈਡੀਕੇਟਡ ਆਈਟਮ ਹੈ, ਤੁਹਾਨੂੰ ਕਿੰਨੇ ਦਾ ਪੈਣਾ? 60 ਰੁਪਏ ਦਾ। ਸਿਰਫ 60 ਰੁਪਏ ਦਾ, 120 ਰੁਪਏ ਦਾ ਸੈੱਟ ਹੋ ਗਿਆ। ਓਕੇ ਸਰ, ਤੁਸੀਂ ਅਲੱਗ ਅਲੱਗ ਵੇਚਣਾ ਹੈ 245 ਰੁਪਏ ਦਾ। ਠੀਕ ਹੈ ਜੀ, ਤੁਸੀਂ ਮੂੰਹੋਂ ਦੱਸੋ ਕਮਾਈ ਹੈਗੀ ਹੈ ਕਿ ਨਹੀਂ। ਬਿਲਕੁਲ ਬਾਜੀ, ਬਿਲਕੁਲ, ਤੁਹਾਨੂੰ ਏਦਾਂ ਹੀ ਹਰੇਕ ਆਈਟਮ ਤੁਹਾਨੂੰ ਇੱਕ ਇੱਕ ਕਰਕੇ ਦਿਖਾਣੀ ਹੈ। ਹਾਂਜੀ, ਲਓ ਜੀ, ਅੱਜ ਆਪਾਂ ਫਿਰ ਇੱਕ ਵਾਰੀ ਆ ਗਏ ਹਾਂ ਸਾਗਰ ਕੋਸਮੈਟਿਕ ਤੇ, ਆਪਣੇ ਵਿਊਅਰਸ ਵਾਸਤੇ ਹੋਰ ਵੀ ਵਧੀਆ ਵਧੀਆ ਚੀਜ਼ਾਂ ਲੈ ਕੇ, ਤੇ ਹੋਰ ਅੱਜ ਆਪਾਂ ਭਾਅ ਜੀ ਨਾਲ ਗੱਲਬਾਤ ਕਰਦੇ ਹਾਂ। ਥੈਂਕ ਯੂ ਪਹਿਲੇ ਤੁਹਾਡਾ ਸਾਰਿਆਂ ਦਾ। ਥੈਂਕ ਯੂ ਜੀ, ਥੈਂਕ ਯੂ, ਤਹਿ ਦਿਲੋਂ ਧੰਨਵਾਦ ਆ ਤੁਹਾਡਾ। ਤੁਸੀਂ ਭਰਾ ਨੂੰ ਇੰਨਾ ਜ਼ਿਆਦਾ ਪਿਆਰ ਕੀਤਾ, ਇੰਨਾ ਵਧੀਆ ਰਿਸਪੋਂਸ ਦਿੱਤਾ, ਇਹ ਸਾਰਾ ਜੋ ਵੀ ਕਰ ਰਿਹਾ ਮੈਂ ਤੁਹਾਡੇ ਆਸ਼ੀਰਵਾਦ ਨਾਲ ਕਰ ਰਿਹਾ। ਔਰ ਅੱਜ ਫਿਰ ਮੈਂ ਇੱਕ ਵੀਡੀਓ ਬਣਾਉਣ ਲੱਗਾ ਤੁਹਾਡੇ ਥਰੂ, ਤੁਹਾਡੇ ਜ਼ਰੀਏ, ਤੁਹਾਡੇ ਕਾਰਨ। ਤੇ ਅੱਜ ਭਾਅ ਜੀ ਤੁਸੀਂ ਆਪਣੇ ਵਿਊਅਰਸ ਵਾਸਤੇ ਕੀ ਲੈ ਕੇ ਆਏ ਹੋ ਨਵਾਂ, ਕਿਹੜੀਆਂ ਵਧੀਆ ਵਧੀਆ ਸਸਤੀਆਂ ਚੀਜ਼ਾਂ ਲੈ ਕੇ ਆਏ ਹੋ? ਜਿੰਨਾ ਵੀ ਸਟਾਕ ਮੈਂ ਆਲਰੇਡੀ ਪਾਇਆ ਹੈ। ਹਾਂਜੀ, ਔਰ ਨਵਾਂ ਪਾਉਣ ਜਾ ਰਹੇ ਹਾਂ, ਤੁਸੀਂ ਰੇਟ ਚੈੱਕ ਕਰਨੇ ਆ। ਹਾਂਜੀ, ਤੁਸੀਂ ਆਲਰੇਡੀ ਜਿੱਥੋਂ ਮਰਜ਼ੀ ਮਾਲ ਪਰਚੇਜ਼ ਕਰ ਰਹੇ ਹੋ, ਠੀਕ ਹੈ, ਪਰ ਭਰਾ ਦੇ ਰੇਟ ਜ਼ਰੂਰ ਚੈੱਕ ਕਰਨੇ ਤੁਸੀਂ। ਠੀਕ ਹੈ ਜੀ, ਤਾਂ ਹੀ ਤੁਹਾਨੂੰ ਮੇਰੇ ਕੋਲ ਆਉਣ ਦਾ ਫਾਇਦਾ ਹੈ ਇੰਨੀ ਦੂਰੋਂ। ਹਾਂਜੀ ਹਾਂਜੀ, ਠੀਕ ਹੈ ਜੀ, ਸਭ ਤੋਂ ਪਹਿਲੇ ਤੁਹਾਨੂੰ ਮੈਂ ਆਈਟਮ ਦਿਖਾਵਾਂਗਾ। ਸਾਗਰ ਭਾਈ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਦੁਕਾਨ ਤੇ ਇੱਕ ਵਾਰੀ ਪੂਰੀ ਦੁਕਾਨ ਦਾ ਵਿਊ ਦਿਖਾਉਂਦੇ ਆ ਜੀ, ਤਾਂ ਕਿ ਕੋਈ ਵੀ ਕਸਟਮਰ ਆਵੇ ਤੇ ਪਤਾ ਲੱਗੇ। ਲਓ ਜੀ ਦੇਖੋ, ਹੋਲਸੇਲ ਆਈਟਮ ਸਾਰੀ, ਪੌੜੀਆਂ 'ਚ ਵੀ ਭਾਈ ਸਾਹਿਬ ਨੇ ਸਮਾਨ ਲਗਾਇਆ ਹੋਇਆ, ਤੁਸੀਂ ਇੱਥੋਂ ਹੀ ਅੰਦਾਜ਼ਾ ਲਗਾ ਸਕਦੇ ਹੋ। ਆਓ, ਤੁਹਾਨੂੰ ਵੀਡੀਓ ਵੱਡੀ ਹੋ ਜਾਣੀ ਹੈ, ਤੁਹਾਨੂੰ ਨਾਲ ਨਾਲ ਆਈਟਮਾਂ ਦਿਖਾਉਣੀਆਂ ਸਟਾਰਟ ਕਰਦੇ ਹਾਂ। ਹਾਂਜੀ ਹਾਂਜੀ, ਦਿਖਾਓ ਸਰ। ਸਭ ਤੋਂ ਪਹਿਲੇ ਸਰਦੀ ਦਾ ਟਾਈਮ ਹੈ। ਹਾਂਜੀ ਹਾਂਜੀ, ਮੇਰੇ ਗਾਹਕ ਜਿਹੜੇ ਆ, ਮੇਰੇ ਕਸਟਮਰ, ਮੇਰੇ ਭੈਣ ਭਰਾ ਮੈਨੂੰ ਫੋਨ ਕਰਦੇ ਆ, ਵੀਡੀਓ ਜਲਦੀ ਤੋਂ ਜਲਦੀ ਬਣਾਓ। ਬਿਲਕੁਲ ਜੀ, ਤੁਹਾਨੂੰ ਵੀ ਪਤਾ ਹੈ ਇਸ ਟਾਈਮ ਦਿਨੇ ਸਾਡੇ ਕੋਲ ਟਾਈਮ ਨਹੀਂ ਹੁੰਦਾ। ਹਾਂਜੀ, ਰਾਤ ਨੂੰ ਹੀ ਆਪਾਂ ਵੀਡੀਓ ਬਣਾ ਸਕਦੇ ਹਾਂ। ਬਿਲਕੁਲ ਸਰ, ਮੈਂ ਦੇਖੋ ਜਿਹੜੀ ਵੈਸਲੀਨ ਹੈ ਤੁਹਾਨੂੰ ਸਿਰਫ 2 ਰੁਪਏ ਦੀ ਪੈਣੀ। ਓਕੇ ਜੀ, 2 ਰੁਪਏ ਦੀ ਲੈ ਕੇ ਤੁਸੀਂ 10 ਰੁਪਏ ਸੇਲ ਕਰ ਦਿਓ। ਜਿਹੜੀ ਵੱਡੀ ਹੈ, ਵੱਡੀ ਤੁਹਾਨੂੰ ਪੈਣੀ 4 ਰੁਪਏ ਦੀ। ਠੀਕ ਹੈ ਜੀ, ਤੁਸੀਂ 10 ਸੇਲ ਕਰੋ, 15 ਕਰੋ, ਤੁਹਾਡੀ ਦੁਕਾਨਦਾਰੀ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਆ ਜਾਓ, ਸੰਦੂਰ ਆ ਗਿਆ। ਹਾਂਜੀ, ਤੁਹਾਨੂੰ ਮੈਂ ਕਾਮਨ ਚੀਜ਼ਾਂ ਦਿਖਾਵਾਂਗਾ ਜਿਹੜੀਆਂ 12 ਮਹੀਨੇ 30 ਦਿਨ ਵਾਲੀਆਂ ਚੀਜ਼ਾਂ ਨੇ। ਹਾਂਜੀ, ਇਹ ਸੰਦੂਰ ਹੈ, ਸੰਦੂਰ ਤੁਹਾਨੂੰ ਪੈਣਾ ਸਿਰਫ 2 ਰੁਪਏ ਦਾ। ਕਿੰਨੇ ਦਾ ਪੈਣਾ? ਸਿਰਫ 2 ਰੁਪਏ ਦਾ, ਸਿਰਫ 2 ਰੁਪਏ ਦਾ, ਤੁਸੀਂ 10 ਰੁਪਏ ਸੇਲ ਕਰ ਦਿਓ। ਠੀਕ ਹੈ ਭਾਜੀ, ਤੁਹਾਨੂੰ ਜ਼ਰੂਰੀ ਆਈਟਮਾਂ, ਪਾਰਲਰ ਆਈਟਮ, ਸਲੂਨ ਆਈਟਮ, ਸਾਰੀਆਂ ਆਈਟਮਾਂ ਦਿਖਾਵਾਂਗਾ। ਹਾਂਜੀ, ਮੈਂ ਦੇਖੋ, ਇਹ ਫਾਊਂਡੇਸ਼ਨ ਆ ਗਈ। ਹਾਂਜੀ, ਠੀਕ ਹੈ ਜੀ, ਸਿਰਫ 20 ਰੁਪਏ ਦੀ ਫਾਊਂਡੇਸ਼ਨ ਹੈ, ਔਰ ਕੰਪਨੀ ਦੀ ਹੋਏਗੀ, ਚੈੱਕ ਕਰੋ। 7 ਸੀਜ਼ ਰੁਪਏ ਦੀ, ਹਾਂ 7 ਸੀਜ਼ ਕੰਪਨੀ ਦੀ, ਸਿਰਫ 20 ਰੁਪਏ ਦੀ ਫਾਊਂਡੇਸ਼ਨ। ਵਿਦਆਊਟ, ਚਾਹੇ ਮੇਰੇ ਕੋਲ 2 ਰੁਪਏ ਦੀ ਚੀਜ਼ ਲੈ ਲਓ, ਹਾਂਜੀ, ਚਾਹੇ 10 ਰੁਪਏ ਦੀ ਲੈ ਲਓ, ਤੁਹਾਨੂੰ ਵਿਦਆਊਟ ਕੰਪਨੀ ਕੋਈ ਚੀਜ਼ ਨਹੀਂ ਦਵਾਂਗਾ। ਠੀਕ ਹੈ ਜੀ, ਸਿਰਫ ਤੁਹਾਨੂੰ ਪੈਣਾ 20 ਰੁਪਏ ਦੀ ਫਾਊਂਡੇਸ਼ਨ, ਓਨਲੀ 20 ਰੁਪੀਸ। ਉਸ ਤੋਂ ਬਾਅਦ ਕਰੀਮਾਂ ਆ ਗਈਆਂ। ਹਾਂਜੀ, ਕਰੀਮ ਦਾ ਜਾਰ ਹੈ ਜੀ, 24 ਪੀਸ ਦਾ ਜਾਰ ਹੈ, ਤੁਹਾਨੂੰ ਕਿੰਨੇ ਦਾ ਪੈਣਾ? 105, 105 ਰੁਪਏ ਦਾ ਡੱਬਾ ਪੈਣਾ। ਠੀਕ ਹੈ ਜੀ, ਹੈਲੋ। ਉਸ ਤੋਂ ਬਾਅਦ ਇਹ ਦੇਖੋ, ਇੱਦਾਂ ਹੀ ਫਲੇਵਰ ਆਉਂਦੇ ਇਹਦੇ 'ਚ, ਫਰੂਟ, ਐਲਮੰਡ, ਐਲੋਵੀਰਾ, ਸਾਰੇ ਫਲੇਵਰ ਆਉਂਦੇ। ਪੈਣਾ ਕਿੰਨੇ ਦਾ? 105 ਰੁਪਏ ਦਾ।
और तुहानू 4 रुपए कुछ पैसे पै जाए 10 रुपए सेल कर दो। आ देखो आ क्रीमा आ गई, स्माइल कंपनी की क्रीम है। हाँ जी ठीक है जी। एक दे उत्ते एम आर पी हैगी 80 रुपए। ठीक है जी। किन्नी हैगी? 80 रुपए। पैनी किन्ने दी? 13 रुपए दी पर पीस। पर पीस तुहानू 13 रुपए का दवांगा। ओके सर। ठीक है जी। एदा ही लोशन हैगे है 72 एम आर पी, पैना किन्ने दा? 17 रुपए का। ओ लिया पिछो लोशन। फेशियल किट आ गई अरोमा की। हाँ जी ठीक है जी। अरोमा का फेशियल है, एम आर पी चेक कर सकते हो, 530 रुपए एम आर पी है, 2025। ठीक है जी। पैनी किन्ने दी? 50 रुपए की। ओके सर। सिर्फ 50 रुपए का फेशियल। जे तुसी बंद गत्ता लोगे ना, हाँ जी, तुहानू 45 रुपए ला दांगा। ओके फिर होर सस्ता। ठीक है सर। जे तुसी 2-4-5-10 पीस लेने आ 50 रुपए नॉर्मल। ओके जे तुसी बंद गत्ता लेना तुहानू 45 लगेगी। ठीक है। किन्नी जी? 45। ए देखो ए फेस वॉश आ गया, VLCC कॉम्बो पैकिंग है। हाँ जी ठीक है जी। पर पीस दे उत्ते एम आर पी हैगी है 245। ओके ठीक है जी। 245 रुपए एम आर पी पर पीस ते है। कॉम्बो पैकिंग है, कले कले ते लिखिया कुछ नहीं। ठीक है जी। मेडिकेटेड आइटम है। तुहानू किन्ने दा पैना? 60 रुपए दा। सिर्फ 60 रुपए दा। 120 रुपए दा सैट हो गया। ओके सर। तुसी अलग अलग वेचना है 245 रुपए दा। ठीक है जी। तुसी मुंह दसो कमाई हैगी है कि नहीं? बिल्कुल बाजी बिल्कुल। तुहानू एदा ही हरेक आइटम तुहानू एक एक करके दिखानी है। मेरा वो काम नहीं भी मैं रोला पाई जावा। हाँ जी हाँ जी। तुहानू बिल्कुल आस्ते आस्ते हरेक आइटम दिखाऊंगा।